ਉੱਤੋਂ ਮੁੰਜੀ ਫੰਡਣੀ ਪੈਂਦੀ ਸੀ ਨਾ, ਵੱਢ ਲਿਆਉਂਦੇ ਸਾਂ ਤੇ ਉਹਨੂੰ ਫਿਰ ਫੰਡਦੇ ਸਾਂ ਤਾਂ ਕਿ ਪਰਾਲੀ ਮਹਿਫੂਜ਼ ਕੀਤੀ ਜਾ ਸਕੇ ਜਾਨਵਰਾਂ ਨੂੰ ਪਾਉਣ ਲਈ, ਤੇ 5-6 ਗੱਭਰੂ ਜਵਾਨ ਲੱਗਦੇ ਸਾਂ ਤਾਂ ਜਾ ਕੇ ਇੱਕ ਕਿੱਲਾ 5-6 ਘੰਟਿਆਂ ਜੋ ਮੁਕਾ ਪਾਉਂਦੇ ਸਾਂ ਬੜੀ ਮੁਸ਼ਕਲ ਨਾਲ। ਹਾਂਜੀ, ਉਹ ਡਰਾਮਾ ਤੇ ਫੰਡ ਫੰਡ ਕੇ, ਤੇ ਇਹਦੇ ਚ ਹੈ ਵੀ ਕਿ ਭਾਵੇਂ ਕੋਈ ਗੱਭਰੂ ਜਵਾਨ ਹੈ ਤੇ ਭਾਵੇਂ ਕੋਈ ਵਡੇਰਾ ਬੰਦਾ ਹੈ, ਉਹ ਵੀ ਇਹਦੇ ਉੱਤੇ ਆਸਾਨੀ ਨਾਲ ਜਿਹੜਾ ਉਹ ਕੰਮ ਕਰ ਸਕਦਾ ਹੈ ਕੋਈ ਇਹਦੇ ਚ, ਕਿਉਂਕਿ ਜ਼ੋਰ ਤੇ ਲੱਗਣਾ ਕੋਈ ਨਹੀਂ। ਈਵਨ ਕਿ ਅਗਰ ਬੀਬੀਆਂ ਵੀ ਕੰਮ ਕਰਨਾ ਚਾਹੁੰਦੀਆਂ ਨੇ ਤੇ ਉਹ ਵੀ ਇਹਦੇ ਚ ਕੰਮ ਕਰ ਸਕਦੀਆਂ ਨੇ, ਥੋੜਾ ਜਿਹਾ ਇਹਨੂੰ ਸਿੱਖ ਕੇ ਸੌਖਾ ਹੀ ਹੈ ਕਿ ਬਸ ਪਰਾਲੀ ਉੱਤੇ ਰੱਖਣੀ ਹੈ ਤੇ ਇਹਦੇ ਉੱਤੇ ਫੰਡੀ ਜਾ ਸਕਦੀ ਹੈ ਮੁੰਜੀ ਦੀ ਹਰ ਕਿਸਮ ਦੀ। ਅੱਛਾ, ਇੱਥੇ ਕਈ ਲੋਕੀ ਇਤਰਾਜ਼ ਕਰਦੇ ਨੇ ਕਿ ਬਾਕੀ ਮੁੰਜੀਆਂ ਤੇ ਫੰਡ ਕਰਦੀਆਂ ਨੇ, ਲੇਕਿਨ ਸੁਪਰ ਮੁੰਜੀ ਹਾਰਡ ਹੁੰਦੀ ਹੈ ਉਹ ਫੰਡੀ ਨਹੀਂ ਜਾਂਦੀ, ਐਸਾ ਹੀ ਹੈ ਤੇ ਜਨਾਬ ਇਹਦੇ ਵਿੱਚ ਅਸਾਂ ਜਿਹੜਾ ਪ੍ਰੈਕਟੀਕਲ ਅੱਜ ਕਰਵਾਇਆ ਇਹਦੇ ਵਿੱਚ ਅਸਾਂ ਸੁਪਰ ਮੁੰਜੀ ਫੰਡੀ ਹੈ ਤੇ ਨਾਲ ਗਿੱਲੀ ਮੁੰਜੀ ਫੰਡੀ ਹੈ, ਕਿਉਂਕਿ ਹਾਰਡ ਤੇ ਹਰ ਕੋਈ ਫੰਡ ਲੈਂਦਾ ਹੈ, ਗਿੱਲੀ ਮੁੰਜੀ ਫੰਡ ਕੇ ਵਿਖਾਈ ਹੈ ਕਿ ਜੇ ਗਿੱਲੀ ਮੁੰਜੀ ਆਸਾਨੀ ਨਾਲ ਫੰਡ ਲੈਂਦੀ ਹੈ ਤੇ ਇਹਦੇ ਵਾਸਤੇ ਸੁੱਕੀ ਮੁੰਜੀ ਫੰਡਣਾ ਕੋਈ ਏਡਾ ਹਾਰਡ ਕੰਮ ਨਹੀਂ ਹੈ। ਠੀਕ ਹੈ ਜੀ। ਅੱਛਾ, ਇਹ ਦੱਸੋ ਕਿ ਇਹ 1 ਘੰਟੇ ਦੇ ਵਿੱਚ ਕਿੰਨਾ ਵਰਕ ਕਰੇਗੀ, 1 ਕਿੱਲੇ ਨੂੰ 1 ਏਕੜ ਨੂੰ ਇਹਨੂੰ ਫੰਡਣ ਵਾਸਤੇ ਕਿੰਨਾ ਟਾਈਮ ਚਾਹੀਦਾ? ਜੀ ਤਕਰੀਬਨ ਕਹਿ ਸਕਦੇ ਹਾਂ ਕਿ ਤਕਰੀਬਨ 1.5 ਘੰਟੇ 'ਚ ਇਹਨੇ ਕਿੱਲਾ ਫੰਡ ਛੱਡਣਾ। 1.5 ਘੰਟੇ 'ਚ? ਜੀ ਤਕਰੀਬਨ। ਕਿੰਨੇ ਆਪ ਬੰਦੇ ਜਿਹੜੇ ਨੇ ਇੱਥੇ ਕੰਮ ਕਰ ਸਕਦੇ ਨੇ? ਐਟ ਅ ਟਾਈਮ 3 ਬੰਦੇ ਦੇ ਤੇ ਆਸਾਨੀ ਨਾਲ ਕੰਮ ਕਰ ਸਕਦੇ ਨੇ। 3 ਬੰਦੇ? ਜੀ ਜੀ ਬਿਲਕੁਲ। ਅੱਛਾ, ਇਹਦਾ ਕਿੰਨਾ ਖਰਚਾ ਜੀ ਔਰ ਕਿੰਨੇ ਦੀ ਮਿਲੇਗੀ? ਜਨਾਬ ਇਹ ਪ੍ਰਾਈਜ਼ ਜਿਹੜੀਆਂ ਨੇ ਉਹ ਵੱਧ ਘੱਟ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਅੱਜ ਜਿਹੜਾ ਅਕਤੂਬਰ 2023 ਹੈ ਇਹਦੇ ਵਿੱਚ ਇਹਦੀ ਪ੍ਰਾਈਸ ਜਿਹੜੀ ਹੈ ਬਗੈਰ ਪੀਟਰ ਜਾਂ ਬਗੈਰ ਮੋਟਰ ਤੋਂ 1,15,000 ਰੁਪਇਆ, ਬਾਕੀ ਪੀਟਰ ਕਿਸੇ ਨੇ ਲਾਣਾ ਉਹ ਆਪਣੀ ਮਰਜ਼ੀ ਦੇ ਮੁਤਾਬਿਕ, ਜਿਹੜਾ 6 ਦਾ ਲਾਣਾ ਹੈ 8 ਦਾ ਲਾਣਾ ਹੈ, ਮੋਟਰ ਲਾਣੀ ਹੈ ਉਹ ਉਹਦੀ ਆਪਣੀ ਮਰਜ਼ੀ ਹੈ ਜਿਹੜੀ ਸ਼ੈ ਲਵਾਉਣਾ ਚਾਹੇ। ਠੀਕ ਹੋ ਗਿਆ, ਯਾਨੀ ਕਿ ਬਗੈਰ ਪੀਟਰ ਤੁਸੀਂ ਇਹਦੀ ਕੀਮਤ ਦੱਸ ਰਹੇ ਹੋ ਜੀ, ਤੇ ਦੋਨੇ ਇਕੱਠੇ ਹੀ ਦੋਗੇ ਜਾਂ ਜਿਹਨੂੰ ਜਿਹੜੀ ਜ਼ਰੂਰਤ ਉਹ ਮਿਲ ਜਾਏਗੀ? ਜਿਹਨੂੰ ਜਿਹੜੀ ਜ਼ਰੂਰਤ ਹੈ, ਜਿਹਨੂੰ ਇਹਦੀ ਜ਼ਰੂਰਤ ਹੈ ਉਹਨੂੰ ਇਹ ਦੇਵਾਂਗੇ, ਜਿਹਨੂੰ ਉਹਦੀ ਜ਼ਰੂਰਤ ਹੈ ਉਹ ਮਸ਼ੀਨ ਜਿਹੜੀ ਹੁਣ ਮੌਜੂਦਾ ਦੀ ਕੀਮਤ ਅਲੱਗ ਹੈ। ਵੀਡੀਓ 'ਚ ਅਗਰ ਅਸੀਂ ਦੱਸ ਦਿੰਦੇ ਹਾਂ ਤੇ ਬਾਅਦ 'ਚ ਫਿਰ ਲੋਕੀ ਬਾਅਦ 'ਚ ਵੀਡੀਓ ਦੇਖਦੇ ਨੇ 6 ਮਹੀਨਾ ਬਾਅਦ, ਸਾਲ ਬਾਅਦ, ਤੇ ਉਹ ਕਹਿੰਦੇ ਨੇ ਕਿ ਜਨਾਬ ਵੀਡੀਓ 'ਚ ਤੁਹਾਨੂੰ ਇਹ ਕੀਮਤ ਦੱਸੀ ਸੀ, ਇਸ ਵਜ੍ਹਾ ਤੋਂ ਅਸੀਂ ਕੀਮਤ ਤੋਂ ਇਤਰਾਜ਼ ਵੀ ਕਰਦੇ ਹਾਂ, ਲੇਕਿਨ ਫਿਲਹਾਲ ਹੁਣ ਮੈਂ ਦੱਸ ਦਿੰਦਾ ਅਕਤੂਬਰ 2023 ਇਹ 4.5 ਲੱਖ ਰੁਪਏ ਦਾ ਟਰੈਕਟਰ ਹੈ, ਰੈਪਰ ਜਿਹੜਾ 1.5 ਲੱਖ ਰੁਪਏ ਦਾ, ਜਿਹੜਾ ਵੀ ਤੁਹਾਨੂੰ ਰੈਪਰ ਲੈਣਾ ਉਹ 1.5 ਲੱਖ ਰੁਪਏ ਦਾ, ਟਰਾਲੀ ਬਣਵਾਉਣੀ ਉਹਦੀ ਉਹ ਵੀ 1.5 ਲੱਖ ਰੁਪਏ ਦੀ ਹੈ, ਤੇ ਯਾਨੀ ਖਾਲੀ ਟਰੈਕਟਰ ਟਰੈਕਟਰ ਜਿਹੜਾ 4 ਟਾਇਰਾਂ ਵਾਲਾ ਉਹ 4.5 ਲੱਖ ਦਾ। ਠੀਕ ਹੋ ਗਿਆ ਸਨ, ਕਿਉਂਕਿ ਇਹ ਸੀਜ਼ਨ ਜਦੋਂ ਆਉਂਦਾ ਹੈ ਮੁੰਜੀਆਂ ਵੱਢਣ ਦਾ ਜੀ ਜੀ, ਤੇ ਬਾਜ਼ੂਕਾਤ ਮੌਸਮ ਵੀ ਖਰਾਬ ਹੋ ਜਾਂਦਾ ਹੈ ਤੇ ਲੋਕਾਂ ਨੂੰ ਜਲਦੀ ਹੁੰਦੀ ਹੈ ਮੁੰਜੀ ਵੱਢਣ ਦੀ ਜੀ ਜੀ, ਉਸ ਦੌਰਾਨ ਜਿੰਨਾ ਕੋਲ ਮਸ਼ੀਨਾਂ ਨੇ ਵੱਢੀਆਂ ਉਹ ਮਨਮਾਨੇ ਪੈਸੇ ਮੰਗਦੇ ਨੇ ਜੀ ਜੀ, ਤੇ ਬਾਜ਼ੂਕਾਤ ਮਸ਼ੀਨ ਮਿਲ ਪਾਉਂਦੀ ਹੈ, ਬਾਜ਼ੂਕਾਤ ਮਨਮਾਨੇ ਪੈਸੇ ਦੇ ਕੇ ਵੀ ਮਸ਼ੀਨ ਨਹੀਂ ਲੱਭ ਪਾਉਂਦੀ, ਉਹ ਸੂਰਤ 'ਚ ਫਿਰ ਜ਼ਰੂਰਤ ਸੀ ਕੁਛ ਐਸੀਆਂ ਮਸ਼ੀਨਾਂ ਦੀ ਕਿ ਜਿਹੜੀਆਂ ਇਹ ਲੋਕਾਂ ਦੇ ਮਸਲੇ ਨੂੰ ਹੱਲ ਕਰ ਸਕਣ, ਉਹਦੇ ਵਾਸਤੇ ਮੁੰਜੀ ਵੱਢਣ ਵਾਸਤੇ ਵੀ ਅਸਾਂ ਮਸ਼ੀਨ ਲੈਦਾ ਬਣਾਈਏ, ਮੁੰਜੀ ਫੰਡਣ ਵਾਸਤੇ ਇਹ ਵੀ ਬੜਾ ਮਸਲਾ ਸੀ, ਬਾਅਦ ਲੋਕ ਆਉਂਦੇ ਸਾਂ ਉਹਨਾਂ ਇਲਾਕਿਆਂ 'ਚ ਜਿੱਥੇ ਬਾਰਿਸ਼ ਵਗੈਰਾ ਹੋ ਜਾਂਦੀ ਹੈ ਉਹ ਥੱਲੇ ਖੋਭਾ ਹੋ ਜਾਂਦਾ ਹੈ, ਤੇ ਉਹਦੇ ਵਿੱਚ ਜਿਹੜਾ ਨਾ ਵੜਨਾ ਮਸ਼ੀਨ ਦਾ ਵੱਡੀ ਮਸ਼ੀਨ ਦਾ ਸੌਖਾ ਕੰਮ ਨਹੀਂ ਹੁੰਦਾ, ਉਹ ਫਿਰ ਆਉਂਦੇ ਹਾਂ ਕਿ ਸਾਨੂੰ ਅਸੀਂ ਚਲੋ ਹੱਥਾਂ ਨਾਲ ਵੱਢ ਤੇ ਲਾਂਗੇ, ਲੇਕਿਨ ਡਰਮ ਤੇ ਫੰਡਣਾ ਕੰਮ ਬੜਾ ਔਖਾ ਹੈ, ਉਹਦੇ ਵਾਸਤੇ ਵੀ ਫਿਰ ਅਸਾਂ ਅਲੱਗ ਤੋਂ ਇੱਕ ਮਸ਼ੀਨ ਬਣਾਈਏ ਤਾਂ ਕਿ ਫੰਡਣ ਵਾਲਾ ਮਸਲਾ ਵੀ ਹੱਲ ਹੋ ਸਕੇ ਤੇ ਜਿਹੜਾ ਵੱਢਣ ਵਾਲਾ ਮਸਲਾ ਉਹ ਵੀ ਹੱਲ ਹੋ ਸਕੇ। ਇਹ ਮਸ਼ੀਨ ਜਿਹੜੀ ਹੈ ਇਹ ਅਸਾਂ ਬਣਾਈਏ ਵੱਢਣ ਵਾਸਤੇ, ਲੇਕਿਨ ਇਹ ਸਿਰਫ ਮੁੰਜੀ ਵੱਢਣ ਵਾਸਤੇ ਨਹੀਂ ਬਣਾਈ ਗਈ, ਬਲਕਿ ਇਹਦੇ ਵਿੱਚ ਅਸੀਂ ਹੋਰ ਵੀ ਕਈ ਕੰਮ ਲੈਂਦੇ ਆਪੇ, ਜਿਵੇਂ ਕਿ ਜਿਹੜੇ ਜਾਨਵਰਾਂ ਵਾਲੇ ਨੇ ਜਿਹੜੇ ਪੱਠੇ ਛੱਠੇ ਪਾਉਂਦੇ ਨੇ ਜਾਨਵਰਾਂ ਨੂੰ, ਜਿੰਨਾ ਡੇਰੀਆਂ ਬਣਾਈਆਂ ਨੇ 150-150 ਜਾਨਵਰ ਦੀਆਂ, ਉਹਨਾਂ ਜਵਾਰ ਮਕਈ ਬਾਜਰਾ ਵੱਢਣਾ ਹੁੰਦਾ, ਉਹ ਇਹਦੇ ਤੇ ਜਵਾਰ ਮਕਈ ਬਾਜਰਾ ਵੱਢ ਸਕਦੇ ਨੇ। ਉਸ ਤੋਂ ਇਲਾਵਾ ਅਗਰ ਬਰਸੀਨ ਵੱਢਣਾ ਉਹਦੇ ਵਾਸਤੇ ਅਸੀਂ ਰੈਪਰ ਲਹਿਦਾ ਵੀ ਬਣਾ ਦਿੱਤਾ ਹੋਇਆ, ਬਰਸੀਨ ਇਹਦੇ ਉੱਤੇ ਵੱਢਿਆ ਜਾ ਸਕਦਾ, ਇਹਦੇ ਉੱਤੇ ਸਟਾਲਾ ਵੱਢਿਆ ਜਾ ਸਕਦਾ, ਇਹਦੇ ਪਿੱਛੇ ਟਰਾਲੀ ਪੈ ਸਕਦੀ ਹੈ, ਡੇਰੇ ਤੇ ਉਹ ਪੱਠੇ ਲੈ ਕੇ ਆ ਸਕਦੇ ਨੇ, ਯਾਨੀ ਕਿ ਮੁਕੰਮਲ ਟਰੈਕਟਰ ਜਿੰਨਾ ਕੰਮ ਕਰੇ। ਹਾਂ, ਤਕਰੀਬਨ ਟਰੈਕਟਰ ਵਾਲੇ ਕੰਮ ਹੀ ਇਹਦੇ 'ਚ ਨੇ, ਤੇ ਸਭ ਤੋਂ ਵੱਡੀ ਗੱਲ ਵੇਖੋ ਕਿ ਜਿਹੜਾ 35 ਲੱਖ ਤੱਕ ਤਕਰੀਬਨ ਸੁਣਿਆ ਟਰੈਕਟਰ ਦੀ ਕੀਮਤ ਚਲੀ ਗਈ ਹੈ, ਐਸਾ ਹੀ ਹੈ, ਜਿਹੜਾ 35 ਲੱਖ ਦਾ ਟਰੈਕਟਰ ਹੈ ਉਹਦੇ ਉੱਤੇ ਵੀ ਇਹ ਛੱਤ ਨਹੀਂ ਆਉਂਦੀ, ਆਪਣੀ ਲਾਣੀ ਪੈਂਦੀ ਹੈ ਜੀ ਜੀ, ਤੇ ਜਨਾਬ ਅਸਾਂ ਛੱਤ ਵੀ ਨਾਲ ਲਾ ਕੇ ਦੇਂਦੇ ਆ, 2 ਲਾਈਟਾਂ ਵੀ ਲਾ ਦਿੱਤੀਆਂ ਨੇ, ਤੇ ਪੂਰਾ ਯਾਨੀ ਟਰੈਕਟਰ ਤਰ੍ਹਾਂ ਦਾ ਬਣਾ ਦਿੱਤਾ ਹੈ, ਤੇ ਕੀਮਤ ਵੀ ਬਿਲਕੁਲ ਮਕੂਲ ਜੇ ਰੱਖੀ ਹੈ, ਰੈਪਰ ਵੀ ਨਾਲ, ਅਗਰ ਕੋਈ 1 ਲੈਣਾ ਚਾਹੇ 1 ਦੀ ਕੀਮਤ ਲੱਗ ਜਾਂਦੀ ਹੈ, 2 ਲੈਣਾ ਚਾਹੇ 2 ਦੀ ਕੀਮਤ ਲੱਗ ਜਾਂਦੀ ਹੈ, ਤੇ ਯਾਨੀ ਮਕੂਲ ਦੇ ਬਜਟ 'ਚ ਇੱਕ ਅੱਛੀ ਸ਼ੈ ਤਿਆਰ ਕਰ ਦਿੱਤੀ ਹੈ ਤਾਂ ਕਿ ਆਪਣੇ ਉਹ ਪੱਠੇ ਵੀ ਵੱਢ ਸਕਣ, ਤੇ ਸੀਜ਼ਨ ਵੀ ਗੰਦਮ ਦਾ ਸੀਜ਼ਨ ਲਾ ਸਕਣ, ਮੁੰਜੀ ਦਾ ਸੀਜ਼ਨ ਲਾ ਸਕਣ। ਔਰ ਖਸੂਸਾ ਨਾ ਜਿਹੜੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਹਾਰਵੈਸਟਰਾਂ ਜਿਹੜੀਆਂ ਨੇ
ਉਹ ਮੁੰਜੀ ਜਦੋਂ ਵੱਢਦੀਆਂ ਨੇ ਉਹ ਪਿੱਛੇ ਪਰਾਲੀ ਜਿਹੜੀ ਉਹ ਤਕਰੀਬਨ ਰੋਲ ਛੱਡਦੀਆਂ ਨੇ। ਇਹਦੇ ਵਿੱਚ ਇਹ ਵੇ ਕਿ ਨੀਵੀਂ ਜੀ ਰੱਖ ਕੇ ਤੁਸੀਂ ਮੁੰਜੀ ਵੱਢ ਸਕਦੇ ਹੋ ਤੇ ਆਪੇ ਫੰਡ ਸਕਦੇ ਹੋ, ਪਰਾਲੀ ਆਪਣੀ ਜਿਹੜੀ ਉਹ ਮਹਿਫੂਜ਼ ਕਰ ਸਕਦੇ ਹੋ। ਜੀ ਜੀ। ਅੱਛਾ ਇਹ ਉਸਮਾਨ ਭਾਈ ਜਿਹੜੀ ਛੋਟਾ ਤੁਸੀਂ ਤਕਰੀਬਨ ਟਰੈਕਟਰ ਲੋਕਾਂ ਨੂੰ ਦੇ ਰਹੇ ਹੋ, ਇਹਦਾ ਇਹ ਤਾਂ ਤੁਸੀਂ ਦੱਸਿਆ ਜੀ ਇਹਦਾ ਇਹ ਕੰਮ ਕੀਤੇ ਜਾ ਸਕਦੇ ਨੇ, ਇੱਕ ਬੰਦਾ ਜਿਹੜਾ ਇਹਨੂੰ ਖਰੀਦ ਲੈਂਦਾ ਕਿਆ ਉਹ ਸੀਜ਼ਨ ਦੇ ਸੀਜ਼ਨ ਇਸਤੇਮਾਲ ਕਰੇਗਾ ਜਾਂ ਇਹਦਾ ਕੋਈ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਵੀ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ? ਬਿਜ਼ਨਸ ਪੁਆਇੰਟ ਆਫ ਵਿਊ ਮੈਂ ਦੱਸਿਆ ਕਿ ਯਾ ਤੇ ਡੇਰੀਆਂ ਵਾਲੇ ਵੀ ਲੈ ਜਾਂਦੇ ਨੇ, ਲੇਕਿਨ ਅਗਰ ਡੇਰੀ ਨਹੀਂ ਵੀ ਹੈ, ਪਿੰਡ ਚ ਇੱਕ ਬੰਦਾ ਟਰੈਕਟਰ ਰੱਖ ਲੈਂਦਾ ਉਹ ਪੂਰਾ ਇੱਕ ਯਾਨੀ ਮਾਹੌਲ ਬਣਾ ਸਕਦਾ, ਜਿਵੇਂ ਵੱਡੇ ਟਰੈਕਟਰ ਰੱਖੇ ਹੁੰਦੇ ਨੇ ਤੇ ਪੂਰੇ ਪਿੰਡ ਦੀ ਭੁਆਈ ਕਰਕੇ ਤੇ ਉਹ ਪੈਸੇ ਲੈਂਦੇ ਨੇ। ਇਸੇ ਤਰ੍ਹਾਂ ਅਗਰ ਇੱਕ ਰੈਪਰ ਜਿਵੇਂ ਇਹ ਰੈਪਰ ਲੱਗਿਆ, ਇਹ ਰੈਪਰ ਲਾ ਲੈਂਦਾ ਅੱਗੇ ਤੇ ਖਿਲਾਰ ਛੱਡ ਰਿਹਾ ਨੂੰ ਤੇ ਮੁਖਤਲਿਫ ਡੇਰਿਆਂ ਤੇ ਗੱਲ ਕਰ ਲੈਂਦਾ, ਕਿਸੇ ਦੇ 20 ਡੰਗਰ ਨੇ, ਕਿਸੇ ਦੇ 30 ਡੰਗਰ ਨੇ। ਉਹਦੇ ਚ ਕੀ ਹੁੰਦਾ ਕਿ ਲੋਕਾਂ ਨੇ ਅਗਰ ਬੰਦੇ ਰੱਖਦੇ ਨੇ ਤੇ ਬੰਦੇ ਅਕਸਰ ਭੱਜ ਜਾਂਦੇ ਨੇ। ਸਾਡੇ ਮਸ਼ਰਕੀ ਪੰਜਾਬ ਚ ਬਹੁਤ ਜ਼ਿਆਦਾ ਮਸਲਾ ਹੈ ਵੇ ਕਿ ਲੇਬਰ ਦੀ ਵਜ੍ਹਾ ਤੋਂ ਲੋਕੀ ਡੇਰੀਆਂ ਛੱਡੀ ਆਉਂਦੇ ਨੇ ਕਿ ਲੇਬਰ ਭੱਜ ਜਾਂਦੀ ਹੈ, ਤੇ ਅਗਰ ਉਹ ਮੁਖਤਲਿਫ ਲੋਕਾਂ ਨਾਲ ਠੇਕਾ ਕਰ ਲੈਂਦਾ ਕਿ ਜਨਾਬ ਮੈਂ ਸਵੇਰੇ ਸਵੇਰੇ ਆਵਾਂ ਕਰਾਂਗਾ ਤੇ ਤੁਹਾਡਾ ਆ ਕੇ ਪੱਠੇ ਵੜ ਕੇ ਡੁੱਰ ਜਾ ਕਰਾਂਗਾ, ਇਹਦੇ ਚ ਕੀ ਕਰਨਾ ਉਹਨੇ 2-4 ਫੇਰੇ ਲਾਣੇ ਨੇ, ਜਿੰਨੇ ਉਹਨਾਂ ਦੇ ਪੱਠਿਆਂ ਦੀ ਰਿਕੁਆਇਰਡ ਹੈ ਉਹ ਵੜ ਕੇ ਫੇਰ ਅਗਲੇ ਡੇਰੇ ਤੇ, ਉਸ ਤੋਂ ਅਗਲੇ ਡੇਰੇ ਤੇ, ਐਂ ਮੁਖਤਲਿਫ ਡੇਰਿਆਂ ਤੋਂ ਡੀਲ ਬਣਾ ਕੇ ਤੇ ਆਪਣਾ ਬਿਜ਼ਨਸ ਰੋਜ਼ਮਰਾ ਦਾ ਬਿਜ਼ਨਸ ਚਲਾ ਸਕਦਾ। ਯਾਨੀ ਸਟਾਲਾ ਤੇ ਸਟਾਲੇ ਵਾਲਾ ਰੈਪਰ ਲਾ ਸਕਦਾ, ਜਵਾਰ ਮਕਈ ਬਾਜ ਰਿਹਾ ਤੇ ਜਵਾਰ ਮਕਈ ਬਾਜਰੇ ਵਾਲਾ ਲਾ ਸਕਦਾ, ਤੇ ਜੇ ਮੁੰਜੀਆਂ ਦਾ ਸੀਜ਼ਨ ਹੈ ਤੇ ਉਹ ਤੇ ਬਿਹਤਰੀਨ ਸੀਜ਼ਨ ਲੱਗ ਸਕਦਾ, ਜੇ ਕਣਕ ਦਾ ਤੇ ਉਹ ਉਸ ਤੋਂ ਵੀ ਜ਼ਿਆਦਾ ਬਿਹਤਰੀਨ ਸੀਜ਼ਨ ਲੱਗ ਸਕਦਾ। ਅੱਛਾ 1 ਘੰਟੇ ਚ ਇਹਦਾ ਵਰਕ ਕਿੰਨਾ ਕਰੇਗੀ ਤੇ ਖਰਚਾ ਕਿੰਨਾ ਆਏਗਾ? ਜਨਾਬ ਮੁਖਤਲਿਫ ਫਸਲਾਂ ਤੇ ਮੁਖਤਲਿਫ ਇਹਦਾ ਵਰਕ ਇਹ ਹੁਣ ਅਸੀਂ ਮੁੰਜੀ ਤੇ ਮੌਜੂਦ ਹਾਂ ਤੇ ਮੁੰਜੀ ਦੀ ਗੱਲ ਕਰ ਲੈਂਦੇ ਹਾਂ। ਤਕਰੀਬਨ ਇਹਨੇ ਜਿਹੜਾ ਨਾ 1.5 ਘੰਟਾ ਇਹਨੇ ਚੱਲਣਾ ਕਿੱਲੇ ਚ, ਤੇ ਇਹਨੇ ਤਕਰੀਬਨ 1.5 ਤੋਂ 2.5 ਲੀਟਰ ਇਹਨੇ ਤੇਲ ਖਾ ਜਾਣਾ, ਠੀਕ ਹੈ। ਤੇ ਜਿਹੜੀ ਜਵਾਰ ਮਕਈ ਬਾਜਰਾ ਉਹਦੇ ਚ ਤੇਲ ਥੋੜੀ ਜਿਹੀ ਜ਼ਿਆਦਾ ਖਾਂਦੀ ਹੈ, ਇਸ ਤੋਂ ਜਿਹੜਾ ਲੋਸਨ ਹੈ ਉਹਦੇ ਚ ਇਸ ਤੋਂ ਘੱਟ ਖਾਂਦੀ ਹੈ। ਮੁਖਤਲਿਫ ਫਸਲਾਂ ਦਾ ਮੁਖਤਲਿਫ ਹਿਸਾਬ ਹੈ, ਠੀਕ ਹੈ। ਅੱਛਾ ਇਹ ਤੇ ਹੋ ਗਈ ਵੱਢਣ ਵਾਸਤੇ, ਜਿਹੜੀ ਫੰਡਣ ਵਾਸਤੇ ਤੁਸੀਂ ਮਸ਼ੀਨ ਬਣਾਈ ਹੈ ਉਹਦੇ ਕੋਲ ਦੇਸੀ ਜੁਗਾੜ ਜਿਹਾ ਲੱਗਦਾ? ਜੀ ਬਿਲਕੁਲ, ਕਿਉਂਕਿ ਉਹ ਲੋ ਕਾਸਟ ਬਣਾਏ ਸੀ ਕਿ ਬੰਦੇ ਦੀ ਕਾਸਟ ਵੀ ਆਈਏ, ਆਮ ਕਿਸਾਨ ਉਹਨੂੰ ਖਰੀਦ ਸਕੇ, ਉਸ ਹਿਸਾਬ ਨਾਲ ਉਹਨੂੰ ਬਣਾਇਆ ਕਿ ਡਰਮ ਦੇ ਉੱਤੇ ਜਿਹੜਾ ਮਾਰਦਾ ਸੀ ਨਾ ਉਹ, ਕਿਉਂਕਿ ਉਹ ਜ਼ੋਰ ਨਹੀਂ ਰਹਿ ਗਏ, ਉਹ ਤਾਕਤਾਂ ਨਹੀਂ ਰਹਿ ਗਈਆਂ, ਉਹ ਡਰਮ ਖਤਮ ਕਰਕੇ ਅਸੀਂ ਉਹਨੂੰ ਇੱਕ ਸਹੂਲਤ ਦੇ ਦਈਏ ਕਿ ਜਿਹਦੇ ਨਾਲ ਉਹ ਸੌਖਾ ਫੰਡ ਲਵੇ। ਅੱਛਾ ਉਸਮਾਨ ਭਾਈ, ਅਗਰ ਕੋਈ ਚੀਜ਼ਾਂ ਖਰੀਦਣਾ ਚਾਹੁੰਦਾ ਹੈ ਤੇ ਕਿੱਥੇ ਆਉਣਾ ਪਏਗਾ ਉਹਨੂੰ? ਉਹਨੂੰ ਡਸਕੇ ਆਉਣਾ ਪਏਗਾ, ਡਸਕੇ ਨਹਿਰ ਦੇ ਪੁਲ ਤੇ ਸ਼ੈਲ ਪੰਪ ਦੇ ਨਾਲ, ਡਸਕਾ ਇੰਜੀਨੀਅਰਿੰਗ, ਜਾਂ ਗੂਗਲ ਤੇ ਲਿਖ ਸਕਦੇ ਹੋ ਡਸਕਾ ਇੰਜੀਨੀਅਰਿੰਗ ਡਸਕਾ, ਤਾਂ ਵੀ ਲੋਕੇਸ਼ਨ ਸਾਡੀ ਆ ਜਾਂਦੀ ਹੈ। ਨੰਬਰ ਸਕਰੀਨ ਤੇ ਮੌਜੂਦ ਨੇ ਜੀ 0324-490-9912, ਦੂਸਰਾ ਨੰਬਰ ਹੈ ਜੀ 0345-247-12-08।